ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਬੋਲੀਫਰਾਈ। ਗੁਰਦੇਵ ਸਿੰਘ ਢਿੱਲੋਂ ਉਰਫ ਭਜਨਾ ਅਮਲੀ, ਜਿਨ੍ਹਾਂ ਦੀ ਕੱਲ੍ਹ ਫਾਜ਼ਿਲਕਾ ਨੇੜੇ ਇੱਕ ਪਿੰਡ ਦੇ ਵਿੱਚ ਲਾਈਵ ਪ੍ਰੋਗਰਾਮ ਦੇ ਦੌਰਾਨ ਸਿਹਤ ਖਰਾਬ ਹੋ ਗਈ, ਜਿਸ ਤੋਂ ਬਾਅਦ ਉਹਨਾਂ ਨੂੰ ਤੁਰੰਤ ਹੋਸਪਿਟਲ ਵਿਖੇ ਦਾਖਲ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਭਜਨਾ ਅਮਲੀ ਫਾਜ਼ਿਲਕਾ ਦੇ ਨੇੜੇ ਇੱਕ ਪਿੰਡ ਦੇ ਵਿੱਚ ਪ੍ਰੋਗਰਾਮ ਕਰਨ ਦੇ ਲਈ ਪਹੁੰਚੇ ਹੋਏ ਸਨ। ਭਜਨਾ ਅਮਲੀ ਪੰਜਾਬ ਦੇ ਪਿੰਡਾਂ ਦੇ ਵਿੱਚ ਕਾਮੇਡੀ ਦੇ ਲਈ ਕਾਫ਼ੀ ਜਾਣਿਆ ਪਹਿਚਾਣਿਆ ਨਾਮ ਹੈ। ਫਾਜ਼ਿਲਕਾ ਨੇੜੇ ਇੱਕ ਪਿੰਡ ਦੇ ਵਿੱਚ ਭਜਨਾ ਅਮਲੀ ਆਪਣੇ ਸਾਥੀ ਕਲਾਕਾਰ ਸੰਤੀ ਦੇ ਨਾਲ ਪ੍ਰੋਗਰਾਮ ਪੇਸ਼ ਕਰ ਰਹੇ ਸਨ, ਜਿਸ ਦੌਰਾਨ ਉਹਨਾਂ ਨੂੰ ਅਚਾਨਕ ਸਿਹਤ ਵਿਗੜ ਗਈ। ਉਸ ਤੋਂ ਬਾਅਦ ਉਹਨਾਂ ਨੂੰ ਜਲਾਲਾਬਾਦ ਦੇ ਇੱਕ ਹੋਸਪਿਟਲ ਦੇ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਹਨਾਂ ਨੂੰ ਅਧਰੰਗ ਦੀ ਸ਼ਿਕਾਇਤ ਹੈ, ਜਿਸ ਤੋਂ ਬਾਅਦ ਉਹਨਾਂ ਨੂੰ ਅੱਗੇ ਇਲਾਜ ਦੇ ਲਈ ਲੁਧਿਆਣੇ ਰੈਫਰ ਕਰ ਦਿੱਤਾ ਗਿਆ। ਭਜਨਾ ਅਮਲੀ ਆਪਣੇ ਸਾਥੀ ਕਲਾਕਾਰ ਸੰਤੀ ਦੇ ਨਾਲ ਫਾਜ਼ਿਲਕਾ ਦੇ ਪਿੰਡ ਚੱਕ ਪੱਖੀ ਦੇ ਵਿੱਚ ਪ੍ਰੋਗਰਾਮ ਪੇਸ਼ ਕਰਨ ਦੇ ਲਈ ਪਹੁੰਚੇ ਹੋਏ ਸਨ। ਉੱਥੇ ਸਟੇਜ 'ਤੇ ਹੀ ਜਦੋਂ ਪਰਫੋਰਮ ਕਰਦੇ ਪਏ ਸਨ ਤਾਂ ਉਹਨਾਂ ਨੂੰ ਅਚਾਨਕ ਸਿਹਤ ਦੇ ਵਿੱਚ ਖਰਾਬੀ ਨਜ਼ਰ ਆਈ, ਅਤੇ ਜਿਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਸਾਥੀਆਂ ਨੇ ਫੜ ਕੇ ਕਾਰ ਦੇ ਵਿੱਚ ਬਿਠਾਇਆ ਅਤੇ ਹੋਸਪਿਟਲ ਲਈ ਰਵਾਨਾ ਹੋ ਗਏ। ਹੋਸਪਿਟਲ ਵਿੱਚ ਐਡਮਿਟ ਕਰਵਾਉਣ ਤੋਂ ਬਾਅਦ ਡਾਕਟਰਾਂ ਨੇ ਦੱਸਿਆ ਕਿ ਭਜਨਾ ਅਮਲੀ ਨੂੰ ਅਧਰੰਗ ਦੀ ਸ਼ਿਕਾਇਤ ਹੈ, ਜਿਸ ਕਾਰਨ ਉਹਨਾਂ ਨੂੰ ਹੋਸਪਿਟਲ ਲਿਆਂਦਾ ਗਿਆ। ਇਸ ਤੋਂ ਅਗਲੇ ਇਲਾਜ ਦੇ ਲਈ ਭਜਨਾ ਅਮਲੀ ਨੂੰ ਲੁਧਿਆਣੇ ਰੈਫਰ ਕਰ ਦਿੱਤਾ ਗਿਆ।